ਕੰਜੂਸ RAM ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜਿਸ ਦਾ ਪਰਿਵਾਰ ਅਕਾਲ ਪੈਣ ਦੇ ਕਾਰਨ ਮਰ ਗਿਆ ਪਰ ਉਸ ਨੇ ਧਨ ਖਰਚ ਨਾ ਕੀਤਾ ਧਨ ਹੁੰਦੇ ਹੋਏ ਵੀ ਜ਼ਰੂਰੀ ਕੰਮ ਤੇ ਖਰਚ ਨਾ ਕਰਨਾ ਹੀ ਕੰਜੂਸੀ ਹੈ ਕਿਸੇ ਪਿੰਡ ਵਿੱਚ ਧਨੀ RAM ਨਾਮ ਦਾ ਇੱਕ ਸੌਦਾਗਰ ਸੀ ਉਹ ਬਹੁਤ ਕੰਜੂਸ ਸੀ ਉਸ ਕੋਲ ਬਹੁਤ ਜ਼ਿਆਦਾ ਧਨ ਸੀ ਪਰ ਉਹ ਕਦੇ ਵੀ ਖਰਚ ਨਹੀਂ ਸੀ ਕਰਦਾ ਇਸ ਵਾਰ ਉਸ ਦੇ ਪਿੰਡ ਵਿੱਚ ਅਕਾਲ ਪੈ ਗਿਆ ਚਾਰੇ ਪਾਸੇ ਹਾਹਾਕਾਰ ਮਚ ਗਈ ਲੋਕ ਭੁੱਖ ਨਾਲ ਮਰਨ ਲੱਗ ਪਏ ਪਰ RAMU ਆਪਣੇ ਧਨ ਨੂੰ ਸੰਭਾਲ ਕੇ ਬੈਠਾ ਹੋਇਆ ਸੀ ਉਸ ਨੇ ਸੋਚਿਆ ਇਸ ਅਕਾਲ ਵਿੱਚ ਮੇਰੇ ਧਨ ਨੂੰ ਮੇਰੇ ਪਰਿਵਾਰ ਦੇ ਲੋਕ ਕਿਤੇ ਖਰਚ ਨਾ ਕਰ ਦੇਣ ਇਸ ਲਈ ਮੈਂ ਇਸ ਨੂੰ ਗੁਪਤ ਥਾਂ ਤੇ ਛਿਪਾ ਦਿੰਦਾ ਹਾਂ ਉਸ ਨੇ ਇੰਜ ਹੀ ਕੀਤਾ ਜਦੋਂ ਉਸ ਦੇ ਪਰਿਵਾਰ ਵਾਲੇ ਉਸ ਦੇ ਕੋਲ ਧਨ ਮੰਗਣ ਲਈ ਆਏ ਤਾਂ ਉਹ ਬੋਲਿਆ ਤੁਹਾਨੂੰ ਲੋਕਾਂ ਨੂੰ ਪਤਾ ਹੈ ਕਿ ਇਹ ਧਨ ਮੈਨੂੰ ਜਾਨ ਤੋਂ ਵੀ ਪਿਆਰਾ ਹੈ ਫਿਰ ਵੀ ਤੁਸੀਂ ਲੋਕ ਮੰਗ ਰਹੇ ਹੋ ਇਸ ਤੋਂ ਚੰਗਾ ਹੈ ਕਿ ਤੁਸੀਂ ਮੇਰੀ ਜਾਨ ਮੰਗ ਲਓ ਉਸ ਦੇ ਪਰਿਵਾਰ ਵਾਲੇ ਸਾਰੇ ਅੰਨ ਦੇ ਬਿਨਾਂ ਇੱਕ ਇੱਕ ਕਰਕੇ ਮਰਨ ਲੱਗੇ ਪਰ ਉਸਨੇ ਕਿਸੇ ਨੂੰ ਕੁਝ ਵੀ ਨਹੀਂ ਦਿੱਤਾ ਹੁਣ ਉਹ ਆਪ ਵੀ ਬਿਨਾ ਕੁਝ ਖਾਏ ਹੀ ਦਿਨ ਬਿਤਾਉਣ ਲੱਗਾ ਉਸਨੇ ਆਪਣੇ ਮਨ ਵਿੱਚ ਸੋਚਿਆ ਜਿਸ ਧਨ ਦੇ ਬਿਨਾ ਮੇਰੀ ਪਤਨੀ ਤੇ ਬੱਚੇ ਮਰ ਗਏ ਹੁਣ ਉਸ ਧਨ ਦੀ ਵਰਤੋਂ ਮੈਂ ਆਪਣੀ ਜਾਨ ਦੀ ਰੱਖਿਆ ਲਈ ਨਹੀਂ ਕਰ ਸਕਦਾ ਤਨੀਰਾਮ ਬੋਲਿਆ हे ਪਿੰਡ ਵਾਸੀਓ ਭਾਵੇਂ ਮੇਰੀ ਜਾਨ ਹੀ ਕਿਉ ਨਾ ਚਲੀ ਜਾਵੇ ਪਰ ਮੈਂ ਆਪਣਾ ਧਨ ਖਰਚ ਨਹੀਂ ਕਰਨਾ ਮੇਰੀ ਜਾਨ ਦੀ ਰੱਖਿਆ ਲਈ ਤੁਸੀਂ ਲੋਕ ਕੁਝ ਉਪਾਅ ਸੋਚੋ ਪਿੰਡ ਵਾਲੇ ਬੋਲੇ ਜੇਕਰ ਤੂੰ ਇਸ ਧਨ ਦੀ ਵਰਤੋਂ ਆਪਣੇ ਜੀਵਨ ਦੀ ਰੱਖਿਆ ਲਈ ਨਹੀਂ ਕਰੇਂਗਾ ਤਾਂ ਜਦੋਂ ਤੂੰ ਮਰ ਜਾਵੇਂਗਾ ਉਦੋਂ ਤੇਰਾ ਧਨ ਰਾਜਾ ਪੁਲਿਸ ਜਾਂ ਕੋਈ ਹੋਰ ਵਿਅਕਤੀ ਲੈ ਜਾਵੇਗਾ ਧਨੀਰਾਮ ਮਨ ਨਾਲ ਬੋਲਿਆ ਉਹ ਮੂਰਖ ਬੁੱਧੀ ਵਾਲਾ ਵਿਅਕਤੀ ਹੋਵੇਗਾ ਜਿਨ੍ਹਾਂ ਦਾ ਪੈਸਾ ਰਾਜਾ ਜਾਂ ਕੋਈ ਹੋਰ ਲੈ ਲੈਂਦਾ ਹੈ ਮੈਂ ਤਾਂ ਆਪਣਾ ਪੈਸਾ ਪੋਟਲੀ ਵਿੱਚ ਬੰਨ ਕੇ ਮਰਾਂਗਾ ਅਜੇਆ ਕਹਿ ਕੇ ਉਹ ਸਿੱਕਿਆਂ ਦੀ ਪੋਟਲੀ ਲੈ ਕੇ ਸਮੁੰਦਰ ਕਿਨਾਰੇ ਗਿਆ ਉੱਥੇ ਉਸਨੇ ਇੱਕ ਨਾਵੀਕ ਤੋਂ ਪੁੱਛਿਆ ਭਾਈ ਕਿਸ਼ਤੀ ਵਾਲੇ ਮੇਰੇ ਪਰਿਵਾਰ ਦੇ ਸਾਰੇ ਲੋਕ ਮਰ ਗਏ ਹਨ ਉਹਨਾਂ ਦੇ ਦੁੱਖ ਵਿੱਚ ਦੁਖੀ ਹੋ ਕੇ ਆਪਣੀ ਜਾਨ ਦੇਣਾ ਚਾਹੁੰਦਾ ਹਾਂ ਤੂੰ ਮੈਨੂੰ ਸਮੁੰਦਰ ਦੇ ਪਾਣੀ ਵਿੱਚ ਡੁਬੋ ਕੇ ਮਾਰ ਦੇ ਅਜਿਹਾ ਕਰਨ ਤੇ ਮੈਂ ਤੈਨੂੰ ਇੱਕ ਸੋਨੇ ਦਾ ਸਿੱਕਾ ਇਨਾਮ ਚ ਦੇਵਾਂਗਾ ਕਿਸ਼ਤੀ ਵਾਲੇ ਨੇ ਕਿਹਾ ਪਹਿਲਾਂ ਸੋਨੇ ਦਾ ਸਿੱਕਾ ਦੇ ਧਨੀ RAM ਨੇ ਪੋਟਲੀ ਵਿੱਚੋਂ ਇੱਕ ਸੋਨੇ ਦਾ ਸਿੱਕਾ ਕੱਢਿਆ ਅਤੇ ਦੇਣ ਦੀ ਇੱਛਾ ਨਾਲ ਦੇਖਿਆ ਫਿਰ ਕਿਸ਼ਤੀ ਵਾਲੇ ਨੂੰ ਬੋਲਿਆ ਭਰਾ ਨਾਵ ਵਾਲੇ ਇਸ ਸ਼ੁੱਧ ਸੋਨੇ ਦੇ ਸਿੱਕੇ ਨੂੰ ਤੇਨ ਵਿੱਚ ਮੈਂ ਅਸਮਰੱਥ ਹਾਂ ਉਹ ਬੋਲਿਆ ਠੀਕ ਹੈ ਤੂੰ ਮੈਨੂੰ ਸਿੱਕਾ ਨਾ ਦੇ ਤੂੰ ਖੁਦ ਹੀ ਸਮੁੰਦਰ ਵਿੱਚ ਚਲੇ ਜਾ ਮੂਰਖ ਕੰਜੂਸ ਆਪਣੇ ਸਿੱਕਿਆਂ ਨੂੰ ਗਲ ਨਾਲ ਲਾਏ ਹੌਲੀ ਹੌਲੀ ਸਮੁੰਦਰ ਦੀਆਂ ਲਹਿਰਾਂ ਵਿੱਚ ਚਲਾ ਗਿਆ ਇਨ ਨੂੰ ਉਹ ਕਿਸ਼ਤੀ ਵਾਲੇ ਨੇ ਸਮੁੰਦਰ ਵਿੱਚੋਂ ਡੁਬਕੀ ਮਾਰ ਕੇ ਸਿੱਕੇ ਕੱਢ ਲਏ ਅਤੇ ਉਹ ਧਨਵਾਨ ਹੋ ਗਿਆ।